ਲੱਕੇ ਸਿਧਾਉਣੇ ਦੀ ਪੰਜਾਬ ਨੂੰ ਕੋਈ ਦੇਣ ਮੰਨਦੇ ਹੋ? ਮੈਂ ਤਾਂ ਜਗਾ ਰਿਹਾ, ਸਭ ਤੋਂ ਵੱਡੀ ਗੱਲ ਤਾਂ ਜਗਾਉਣਾ ਹੁੰਦਾ ਲੋਕਾਂ ਨੂੰ। ਮੈਂ ਲਗਾਤਾਰ ਲੈ ਕੇ, ਤੁਸੀਂ ਲੈ ਲਓ 16-17 ਤੋਂ ਲੈ ਕੇ, ਚਾਹੇ ਪੰਜਾਬੀ ਦਾ ਮਸਲਾ ਹੋਵੇ ਚਾਹੇ ਕਿਸਾਨੀ ਦਾ ਮਸਲਾ ਹੋਵੇ, ਸਾਲ ਭਰ ਮੈਂ ਦਿੱਲੀ ਰਿਹਾ, 6 ਮਹੀਨੇ ਮੈਂ ਘਰ ਵੀ ਛੱਡਿਆ ਰੱਖਿਆ, 1 ਲੱਖ ਰੁਪਇਆ ਮੇਰੇ ਸਿਰ 'ਤੇ ਨਾਮ ਸੀ, ਪਰਚੇ ਵੀ ਮੇਰੇ ਦੇ ਅੱਜ ਵੀ ਖੜ੍ਹੇ ਨੇ, ਉਹ ਦਿੱਲੀ ਵਾਲੇ ਉਵੇਂ ਖੜ੍ਹੇ ਨੇ, ਚੰਡੀਗੜ੍ਹ ਪਰਚੇ ਹੋਏ ਉਵੇਂ ਖੜ੍ਹੇ ਨੇ, 16 ਪਰਚੇ ਮੇਰੇ ਦੇ ਮਾਂ ਬੋਲੀ ਦੇ ਹੋਏ, 6 ਮਹੀਨੇ ਮੈਂ ਉਦੋਂ ਜੇਲ੍ਹ ਵੀ ਲੈ ਕੇ ਆਇਆ, ਅੱਜ ਵੀ ਚੱਲੀ ਜਾਂਦੇ ਨੇ। ਹੋਰ ਮੈਂ ਕੀ ਕਰਦਾ ਪੰਜਾਬ ਲਈ, ਮੈਂ ਰੋਜ਼ ਪਿੜਦਾ, ਰੋਜ਼ ਕਰਲਾਉਂਦਾ, ਰੋਜ਼ ਲੋਕਾਂ ਨੂੰ ਜਗਾਉਣਾ, ਹਰ ਥਾਂ ਮੈਂ ਜਾਣਾ ਜਿੱਥੇ ਕੋਈ ਵੀ ਮਸਲਾ ਅੜਦਾ ਖੜਦਾ, ਹੈ ਨਾ। ਬਹੁਤ ਗੱਲਾਂ ਮੈਂ ਜਿਹੜੀਆਂ 10 ਮਿੰਟ ਸਾਰਾ, ਚਲੋ ਜਿਹੜੇ ਮੈਂ ਦਿਨ ਆਪਣੇ ਘਰੇ ਬੈਠਦਾ, ਮੈਂ ਕੀ ਕਰਦਾ, ਹਰ ਗੱਲ ਮੈਂ ਲੋਕਾਂ ਦੇ ਸਾਹਮਣੇ ਲਿਆ ਕੇ ਨਹੀਂ ਕਰਨੀ ਚਾਹੁੰਦਾ, ਹੈ ਨਾ। ਬਹੁਤ ਕੁਛ ਮੈਂ ਆਪਣੀ ਜ਼ਿੰਦਗੀ 'ਚ ਜਿਹੜਾ ਮੈਨੂੰ ਚੰਗਾ ਲੱਗਦਾ, ਮੇਰੇ ਮਨ ਨੂੰ ਸਕੂਨ ਦਿੰਦਾ, ਸਰ ਮੈਂ ਆਪਣੇ ਦਿਲ ਦੇ ਸਕੂਨ ਲਈ ਅਤੇ ਉਸ ਰੱਬ ਨੂੰ ਵਾਹਿਗੁਰੂ ਨੂੰ ਜਾਣ ਕੇ ਕਰ ਰਿਹਾ ਵੀ ਯਾਰ ਤੇਰਾ ਫਰਜ਼ ਆ, ਤੈਨੂੰ ਪਰਮਾਤਮਾ ਨੇ 2 ਵਾਰੀ ਜ਼ਿੰਦਗੀ ਬਖਸ਼ੀ ਹੈ, ਕੁਛ ਨਾ ਕੁਛ ਆਪਣੇ ਲੋਕਾਂ ਲਈ, ਆਪਣੀ ਕੌਮ, ਆਪਣੀ ਧਰਤੀ ਲਈ ਕਰ। ਲੱਖਾਂ ਸਾਹਿਬ ਪੰਜਾਬ ਨੂੰ ਕੀ ਦੇ ਸਕਦਾ, ਲੱਖਾਂ ਤੱਕ ਬਹੁਤ ਛੋਟਾ ਜਿਹਾ ਨਿਮਾਣਾ ਜਿਹਾ ਬੰਦਾ, ਸਿਪਾਹੀ ਹੈ ਪੰਜਾਬ ਦਾ, ਲੜ ਰਿਹਾ। ਮੈਂ ਤਾਂ ਮੈਂ ਜਿਹੜੀ ਦੇਣ ਦੀ ਗੱਲ ਮੰਨਦਾ, ਮੈਂ ਤਾਂ ਇੱਕ ਗੱਲ ਮੰਨਦਾ, 16 ਦੇ ਵਿੱਚ ਮੈਂ ਰੰਗ ਮਾਰਿਆ ਸੀ ਅੰਮ੍ਰਿਤਸਰ ਤੋਂ ਜਿਹੜੀ ਬਠਿੰਡੇ ਵਾਲੀ ਸੜਕ ਹੈ, ਸਾਰਿਆਂ ਦੇ ਉੱਤੇ ਕਦੇ ਪੰਜਾਬੀ ਹੈ ਹੀ ਨਹੀਂ ਸੀ, ਕਿਸੇ ਬੋਰਡ 'ਤੇ ਕਦੇ ਥੱਲੇ ਲਿਖੀ ਸੀ, ਸਾਰਿਆਂ ਦੇ ਉੱਤੇ ਆ ਗਈ ਕਿ ਨਹੀਂ ਆ ਗਈ। ਮੈਂ ਸਕੂਲਾਂ 'ਚ ਗਿਆ, ਸਕੂਲ ਘੇਰੇ ਆ, ਤੱਕਲੇ ਕਈ ਸਕੂਲ ਸਿੱਧੇ ਹੋ ਗਏ ਕਿ ਨਹੀਂ ਹੋ ਗਏ, ਮੈਂ ਕਦੇ ਆਰਨ ਦਿੰਦਾ, ਜਿੱਦੇ ਮੈਂ ਸਰਵ ਸਰਕਾਰੀ ਸਕੂਲ ਘੇਰਿਆ, ਸੈਂਟ ਜੇਵਰ ਸਕੂਲ ਰਾਮਪੁਰੇ, ਸੈਂਟ ਜੇਵੀਅਰ ਸਕੂਲ ਦੇ 20 ਰੁਪਏ ਜੁਰਮਾਨਾ ਕਰਦੇ ਸੀ ਇੱਕ ਸ਼ਬਦ ਪੰਜਾਬੀ ਬੋਲਣ 'ਤੇ। ਉਹ ਕਹਿੰਦੇ ਬਾਈ ਸਾਡੇ ਉਦੋਂ ਬਾਅਦ ਹੀ ਰੋਕਤਾ ਸਕੂਲ 'ਚ ਵੀ ਤੁਹਾਨੂੰ ਕੋਈ ਤੁਹਾਡੇ ਪੰਜਾਬੀ ਬੋਲਣ ਤੁਸੀਂ ਬੋਲੋ ਪੰਜਾਬੀ ਵੀ ਇੱਥੇ ਆ ਨਾ ਜਾਵੇ। ਪਰ ਲੱਖੇ ਇੱਕ ਚੀਜ਼ ਹੋਰ ਵੀ ਚੱਲਦੀ ਹੈ, ਕਹਿੰਦੇ ਜਦੋਂ ਕੁਰਸੀ ਮਿਲ ਜਾਂਦੀ ਤਾਂ ਬੰਦਾ ਬਦਲ ਜਾਂਦਾ, ਇਹ ਕੀ ਇਹ ਇਸ ਚੀਜ਼ ਦਾ ਕੀ ਪਰਿਪੱਕਤਾ ਵੀ ਲੱਖ ਨੂੰ, ਕੱਲ੍ਹ ਨੂੰ ਕੁਰਸੀ ਨੂੰ ਤੁਸੀਂ ਲੀਡਰ ਦੇ ਵਿੱਚ ਹੋ, ਰਾਜਨੀਤੀ ਦੇ ਵਿੱਚ ਤੁਸੀਂ ਹੋ, ਕੱਲ੍ਹ ਨੂੰ ਕੁਰਸੀ ਮਿਲਦੀ ਹੈ, ਕੱਲ੍ਹ ਨੂੰ ਵੀ ਲੱਖਾਂ ਐਵੇਂ ਤੁਰਿਆ ਫਿਰੂਗਾ, ਇਸ ਚੀਜ਼ ਦੀ ਕੀ ਪਰਿਪੱਕਤਾ ਹੈਗੀ? ਜੇ ਲੱਖੇ ਨੇ ਕੁਰਸੀ ਲੈਣੀ ਹੁੰਦੀ ਤਾਂ ਲੱਖੇ ਨੂੰ ਸਾਰੀਆਂ ਧਿਰਾਂ ਬਾਂਹ ਕੱਢਦੀਆਂ ਸੀ, ਸਾਰੀਆਂ ਧਿਰਾਂ ਹੱਥ ਫੜਦੀਆਂ ਸੀ। ਤਾਂ ਫਿਰ ਲੱਖਾਂ ਵੋਟ ਚੋਣਾਂ ਕੋਲ ਲੜ ਰਿਹਾ ਨਹੀਂ? ਮੈਂ ਫਿਰ ਹੱਲ ਦੱਸੋ, ਮੰਨ ਲਓ ਇਹ ਕਹਿੰਦੇ ਚੋਣਾਂ ਕਿਉਂ ਲੜ ਰਿਹਾ, ਮੰਨ ਲਾ ਹੁਣ ਮੈਂ ਲੋਕਾਂ ਨੂੰ ਇਹ ਕਿਹਾ ਸੀ ਮੌੜ ਦੇ ਲੋਕਾਂ ਨੇ, ਮੈਂ ਚੋਣ ਲੜੀ ਸੈਸ, ਮੈਂ ਯਾਰ ਘੱਟੋ ਘੱਟ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਜਦੋਂ ਹੁਣ 2 ਦਿਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਕਹਿ ਕੇ 5 ਘੰਟਿਆਂ 'ਚ ਖਤਮ ਕਰ ਦਿੱਤਾ ਗਿਆ, ਦੂਜੇ ਦਿਨ ਪੰਜਾਬ ਦਾ ਸਤਾਉ ਜਿਹੜਾ ਮਹਾਰਾਜ ਆਇਆ ਹੀ ਨਹੀਂ ਕਿਉਂਕਿ ਉੱਧਰ ਰੈਲੀ ਕਰਨ ਗਿਆ ਹੋਇਆ ਸੀ ਕੇਜਰੀਵਾਲ ਦੇ ਨਾਲ, ਮੈਂ ਪਿੰਡਾਂ 'ਚ ਨਿਕਲਣਾ ਜਸ 20 ਤਰੀਕ ਨੂੰ, ਪੰਜਾਬ ਪੰਜਾਬੀਅਤ ਬਚਾਓ ਯਾਤਰਾ ਸਾਡੀ 20 ਤਰੀਕ ਤੋਂ ਸ਼ੁਰੂ ਹੈ, ਤਲਵੰਡੀ ਦਮਦਮਾ ਸਾਹਿਬ ਤੱਕ ਤੋਂ ਤੁਰਨਾ ਸੀ, ਪੂਰੇ ਪੰਜਾਬ 'ਚ ਜਾਣਾ, ਮੈਂ ਹਰ ਪਿੰਡ ਜਾਊਂਗਾ, ਤੁਹਾਨੂੰ ਮੇਰਾ ਉੱਥੇ ਆ ਜਾਓ ਭਾਈ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੇਰੇ ਜਿਹੜਾ ਮਰਜ਼ੀ ਸਵਾਲ ਪੁੱਛ ਲਓ, ਜਿਹੜੇ ਮਰਜ਼ੀ ਪਿੰਡ 'ਚ ਮੈਨੂੰ ਆ ਕੇ, ਅਤੇ ਮੇਰੇ ਸਵਾਲਾਂ ਦਾ ਜਵਾਬ ਦੇ ਕੇ ਜਾਓ। ਕੋਈ ਉੱਥੇ ਸ਼੍ਰੋਮਣੀ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਨਹੀਂ, ਕੋਈ ਬਾਦਲ ਦਲ ਦਾ ਬੰਦਾ ਹੋਵੇ, ਕੋਈ ਕਾਂਗਰਸ ਦਾ ਬੰਦਾ ਹੋਵੇ, ਕੋਈ ਤੁਹਾਡੇ ਕੋਲੇ ਆਮ ਆਦਮੀ ਪਾਰਟੀ ਵਾਲਾ, ਬੀਜੇਪੀ ਵਾਲਾ, ਕੋਈ ਵੀ ਹੋਵੇ, ਤਰਕ ਨਾ, ਦਲੀਲ ਨਾ, ਜਿਹਦੀ ਕੋਈ ਠੋਸ ਕੋਈ ਕਾਰਨ ਕੋਈ ਵਜ੍ਹਾ ਹੋਵੇ, ਲੱਗਦਾ ਹੋਵੇ ਗੱਲ ਸੱਚਾਈ ਹੈ, ਉਹ ਗੱਲਾਂ ਪੁੱਛੋ, ਐਵੇਂ ਇੱਧਰਲੀਆਂ ਉੱਧਰਲੀਆਂ ਕਈ ਵਾਰੀ ਉਵੇਂ ਹੁੰਦਾ ਰੌਲਾ ਗੋਲਾ ਪਵਾ ਦਿਓ ਵੀ ਲੱਖਾ ਆਇਆ ਪਿੰਡ 'ਚ, ਉਵੇਂ ਨਹੀਂ, ਤੁਸੀਂ ਬੈਠ ਕੇ 10 ਮਿੰਟ ਲਾ ਲਓ, 20 ਮਿੰਟ ਲਾ ਲਓ, ਚਾਹੇ 2 ਘੰਟੇ ਲਾ ਲਓ, ਮੈਂ ਤੋਂ ਸਵਾਲ ਪੁੱਛ ਲਓ, ਮੈਂ ਜਵਾਬ ਦੇ ਕੇ ਜਾਊਂਗਾ, ਅਤੇ ਮੈਨੂੰ ਮੈਂ ਸਵਾਲ ਪੁੱਛੂੰਗਾ ਤੁਹਾਡੀਆਂ ਜਿਹੜੀਆਂ ਧਿਰਾਂ ਨਾਲ ਜੁੜੇ ਹੋਏ ਆ, ਅਤੇ ਮੈਨੂੰ ਜਵਾਬ ਦੇ ਦਿਓ। ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਬਾਦਲ ਦਲ ਮੰਨਦੇ ਹੋ? ਸ਼੍ਰੋਮਣੀ ਅਕਾਲੀ ਦਲ ਤਾਂ ਅਕਾਲੀ ਸ਼ਬਦ ਜਾਂ ਉਹ ਦਲ ਪੰਥ ਕਿਵੇਂ ਬਣਿਆ ਸੀ ਜਾਂ ਉਹਦੀਆਂ ਕਿੰਨੀਆਂ ਕੁਰਬਾਨੀਆਂ ਨੇ ਇਤਿਹਾਸ ਦੇ ਅੰਦਰ, ਹੈ ਨਾ, ਉਹਨਾਂ ਦਾ ਕਿੰਨੀ ਜੱਦੋ ਜਹਿਦ ਹੈ, ਕਿੰਨਾ ਸੰਘਰਸ਼ ਹੈ, ਉਹ ਤਾਂ ਬਹੁਤ ਕਮਾਲ ਦਾ ਹੈ।